Mullah.
Oh, yeah.
Bye.
लोग जाग पैन बांग दे तम के लोग जाग पैन नमाज पढ़ के जागया थाए पवे जे जाग के नमाज ही न पढ़ी केहा जागया केहा न जागया पर बाग ते नमाज दोनों चीजा संबंध तो मसीत नाल रख दियां ने मसीत दे चबूतरे ते खलो के मुल्ला बांग दिंदे ते मसीत ते लोकां नूं इकट्ठियां करके अगवाई करदा नमाज पढ़दा आ जाओ खुदा दे घर विच अल्लाह ताला दे ठिकाने ते जाग के इत्थे आ जाओ इत्थे आ के इबादत करिए नमाज पढ़िए
ਕਿਉਂਕਿ ਖੁਦਾ ਇੱਥੇ ਰਹਿੰਦਾ ਨਾ, ਇਸ ਲਈ ਜਦੋਂ ਇੱਥੇ ਆ ਕੇ ਨਮਾਜ਼ ਪੜ੍ਹਾਂਗੇ ਖੁਦਾ ਪ੍ਰਸੰਨ ਹੋਵੇਗਾ, ਖੁਸ਼ੀਆਂ ਮਿਲ ਜਾਣਗੀਆਂ। ਕਹਿਣ ਲੱਗੇ ਹੇ ਮੁੱਲਾ, ਜਦੋਂ ਮੈਂ ਤੇਰੀ ਜ਼ਿੰਦਗੀ ਵੱਲ ਦੇਖਣਾ, ਤਿੰਨੋਂ ਚੀਜ਼ਾਂ ਜਿਹੜੀਆਂ ਤੇਰੇ ਨਾਲ ਸੰਬੰਧ ਨੇ ਤੂੰ ਉਹਨਾਂ ਨੂੰ ਪਛਾਣ ਹੀ ਨਹੀਂ ਸਕੇਗਾ। ਇੱਟਾਂ ਤੇ ਪੱਥਰਾਂ ਦੀ ਬਣਾਈ ਹੋਈ ਇਮਾਰਤ ਨੂੰ ਮਸੀਤ ਆਖਦੇ ਹੈ, ਖੁਦਾ ਦਾ ਅੱਲਾਹ ਦਾ ਘਰ ਆਖਦੇ। ਪਹਿਲੀ ਗਲਤੀ ਮਨੁੱਖ ਵਿੱਚ ਹੋਈ। ਅੱਜ ਬਾਬਾ ਕਬੀਰ ਜੀ ਨੇ ਦੋਹਾਂ ਵਿੱਚ ਬੜੇ ਖੂਬਸੂਰਤ ਖਿਆਲ ਦਿੱਤਾ, ਦੇਰ ਬਾਅਦ ਆਪਾਂ ਬਾਬਾ ਕਬੀਰ ਜੀ ਦੀ ਬਾਣੀ ਲੜੀ ਦਾ ਮੁੜ ਆਰੰਭ ਕੀਤਾ। ਇਸ ਲੜੀ ਦਾ ਪਹਿਲਾ ਸ਼ਬਦ ਹੈ, ਕਹਿਣ ਲੱਗੇ ਤੂੰ ਮਸੀਤ ਨੂੰ ਅੱਲਾਹ ਦਾ ਘਰ ਸਮਝ ਕੇ ਲੋਕਾਂ ਨੂੰ ਅੱਲਾਹ ਦੇ ਸਨਮੁਖ ਹੋ ਕੇ ਨਮਾਜ਼ ਪੜ੍ਹਨ ਲਈ ਬਾਂਗ ਦਿੰਦਾ ਹੈ। ਪਰ ਕਿੱਡੀ ਅਜੀਬ ਗੱਲ ਹੈ, ਤਿੰਨੋਂ ਚੀਜ਼ਾਂ ਹੀ ਤੂੰ ਪਛਾਣਦਾ ਨਹੀਂ। ਇੱਟਾਂ ਤੇ ਪੱਥਰਾਂ ਦੀ ਬਣਾਈ ਹੋਈ ਇਮਾਰਤ ਉਹਨੂੰ ਤੂੰ ਖੁਦਾ ਦਾ ਅੱਲਾਹ ਤਾਲਾ ਦਾ ਘਰ ਮੰਨ ਲਿਆ। ਮੇਰਾ ਕਾਜ਼ੀ ਨੇ ਨਹੀਂ, ਸਾਰਿਆਂ ਨੇ ਇਹੋ ਕੁਝ ਕੀਤਾ ਹੈ, ਮਨੁੱਖ ਮਾਤਰ ਨੇ ਇਹੋ ਕੁਝ ਕੀਤਾ ਹੈ। ਕਹਿਣ ਲੱਗੇ ਕਦੀ ਗੁਰੂ ਕੋਲ ਪੁੱਛਿਆ ਕਿ ਜੀ ਖੁਦਾ ਦਾ ਘਰ ਅੱਲਾਹ ਦਾ ਘਰ ਰੱਬ ਦਾ ਘਰ ਕਿਹੜਾ ਹੈ? ਗੁਰੂ ਆਖਣ ਇਸ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਕੰਚਨ ਕਾਇਆ ਕੋਟ ਗੜ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਜਗ ਜੀਵਨ ਦਾਤਾ ਵਸੇ। ਰੱਬ ਨੇ ਤਾਂ ਆਪਣਾ ਘਰ ਬਣਾਇਆ ਸੀ ਤੇਰੀ ਕਾਇਆ ਨੂੰ, ਆਪਣੀ ਮਰਜ਼ੀ ਦਾ ਘਰ। ਜਿਹਦੇ ਵਰਗਾ ਘਰ ਕੋਈ ਹੋਰ ਬਣਾ ਨਹੀਂ ਸਕਿਆ। ਡਾਕਟਰ ਵੀ ਰਿਪੇਅਰ ਹੀ ਕਰਦੇ ਨੇ, ਕੋਈ ਬਣਾ ਨਹੀਂ ਸਕਿਆ। ਉਹਨੇ ਬਣਾਇਆ ਸੀ, ਉਹ ਤੇਰੇ ਅੰਦਰ ਰਹਿਣਾ ਚਾਹੁੰਦਾ ਸੀ। ਮੈਂ ਕਲਾਸ ਕੀਤੀ ਸੀ, ਮਨੁੱਖ ਵਿੱਚ ਇੱਕ ਸਭ ਤੋਂ ਪਹਿਲੀ ਕਮੀ ਹੋ ਗਈ, ਇਹਨੇ ਰੱਬ ਨੂੰ ਆਪਣੇ ਆਪ ਤੋਂ ਵੱਖ ਕਰ ਦਿੱਤਾ। ਮੈਂ ਐਗਜ਼ਾਮਪਲ ਵਜੋਂ ਅਰਜ਼ ਕੀਤੀ ਸੀ, ਪੰਛੀ ਵੀ ਆਲਣੇ ਬਣਾਉਂਦੇ ਨੇ, ਚੂਹੇ ਵੀ ਖੁੱਡਾਂ ਕੱਢਦੇ ਨੇ, ਪਰ ਇੰਨੇ ਆਲਣੇ ਦਰਖਤ ਤੇ ਬਣੇ ਹੁੰਦੇ ਨੇ, ਕਦੇ ਕਿਸੇ ਪੰਛੀ ਨੇ ਇਹ ਨਹੀਂ ਆਖਿਆ ਆ ਆਲਣਾ ਮੇਰੇ ਰੱਬ ਦਾ। ਕਦੇ
ਕਦੇ ਕਿਸੇ ਸੱਪ ਨੇ ਵੀ ਕਿਸੇ ਚੂਹੇ ਨੇ ਵੀ ਇਹ ਫੈਸਲਾ ਨਹੀਂ ਕੀਤਾ ਇੰਨੀਆਂ ਖੁੱਡਾਂ ਵਿੱਚ ਇੱਕ ਖੁੱਡ ਰੱਬ ਲਈ ਵੀ ਕੱਢ ਦੇ ਬਣਾ ਦੇਗਾ। ਉਹ ਕਹਿੰਦੇ ਨਹੀਂ, ਜਿੱਥੇ ਮੈਂ ਰਹਿਣਾ ਹੈ ਉੱਥੇ ਮੇਰਾ ਰੱਬ ਰਹਿਣਾ, ਮੇਰੇ ਤੋਂ ਵੱਖ ਥੋੜ੍ਹਾ। ਪੰਛੀ ਵੀ ਆਖਦਾ ਜਿੱਥੇ ਮੈਂ ਰਹਿਣਾ ਉੱਥੇ ਮੇਰਾ ਰੱਬ ਰਹਿਣਾ, ਮੈਨੂੰ ਉਹਦੇ ਵਾਸਤੇ ਵੱਖਰਾ ਆਲਣਾ ਬਣਾਉਣ ਦੀ ਲੋੜ ਨਹੀਂ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਕਹਿਣ ਲੱਗੇ ਨਹੀਂ ਕਰਦੇ। ਜਿੱਥੇ ਮੈਂ ਰਹਿਣਾ ਉੱਥੇ ਮੇਰਾ ਰੱਬ ਰਹਿਣਾ, ਕਿਉਂਕਿ ਰੱਬ ਮੇਰੇ ਤੋਂ ਬਾਹਰ ਹੈ ਹੀ ਨਹੀਂ, ਅੰਦਰ ਹੀ ਰਹਿੰਦਾ। ਜਿੱਥੇ ਮੈਂ ਜਾਵਾਂਗਾ ਮੇਰੇ ਨਾਲ ਜਾਏ। ਤੂੰ ਸਭਨੀ ਥਾਈ ਜਿੱਥੇ ਹੋ ਜਾਏ, ਆਪਣੀ ਮਰਜ਼ੀ ਦਾ ਘਰ ਬਣਾ ਕੇ ਰਹਿੰਦੇ। ਕਿਸੇ ਪੰਛੀ ਨੇ ਵੱਖਰਾ ਘਰ ਨਹੀਂ ਬਣਾਇਆ, ਕਿਸੇ ਖੁੱਡਾਂ ਵਿੱਚ ਰਹਿਣ ਵਾਲੇ ਜਾਨਵਰ ਜੀਵ ਨੇ ਆਪਣਾ ਵੱਖਰਾ ਘਰ ਨਹੀਂ, ਰੱਬ ਦਾ ਘਰ ਵੱਖਰਾ ਨਹੀਂ। ਇੱਕ ਮਨੁੱਖ ਹੀ ਐਸਾ ਰੱਬ ਵੱਲੋਂ ਨਿਰਮੋਹ ਹੋ ਗਿਆ, ਕੋਈ ਪਿਆਰ ਨਹੀਂ ਰਿਹਾ ਰੱਬ ਦਾ। ਇਕੱਠਾ ਰਹਿਣਾ ਨਹੀਂ ਚਾਹੁੰਦਾ ਰੱਬ ਨਾਲ, ਇਕੱਠਾ ਨਹੀਂ ਰਹਿਣਾ ਚਾਹੁੰਦਾ। ਕਿੰਨੀ ਅਜੀਬ ਗੱਲ ਹੈ, ਰੱਬ ਪ੍ਰਸਤ ਬਣਨਾ ਵੀ ਚਾਹੁੰਦਾ। ਬਹੁਤੇ ਲੋਕ ਨੇ ਜਿਹੜੇ ਰੱਬ ਪ੍ਰਸਤ ਬਣਦੇ ਵੀ ਨੇ ਪਰ ਰੱਬ ਪ੍ਰਸਤ ਨਹੀਂ ਹੁੰਦੇ। ਬਣਨਾ ਵੀ ਚਾਹੁੰਦੇ, ਇਸ ਲਈ ਇਹਨੇ ਆਖਿਆ, ਹੇ ਰੱਬ ਮੈਂ ਤੇਰਾ ਘਰ ਵੱਖਰਾ ਬਣਾ ਦੇਣਾ। ਠਾਕਰ ਦੁਆਰਾ ਤੇਰਾ ਘਰ ਹੈ ਨਾ, ਦੁਆਰਾ ਤੇਰਾ ਘਰ। ਪਿਛਲੇ ਦਿਨ ਇੱਕ ਲਾਈਨ ਆਈ ਸੀ ਕਿ ਬਾਬਾ ਨਾਮਦੇਵ ਪਹਿਲੀ ਵਾਰ ਜਦੋਂ ਜਾਂਦਾ ਹੈ ਉਦੋਂ ਉਹਨੂੰ ਆਖਦਾ ਹੈ ਠਾਕਰ ਦੁਆਰਾ ਰੱਬ ਦਾ ਘਰ ਹੈ। ਹਸਤ ਖੇਲਤ ਤੇਰੇ ਦੇਹੁਰੇ ਆਇਆ, ਉੱਥੇ ਤੇਰਾ ਦੇਹੁਰਾ ਮੰਨ ਲਿਆ ਰੱਬ ਦਾ ਘਰ, ਤੇਰੇ ਦੇਹੁਰੇ ਆਇਆ। ਜਦੋਂ ਜਾਗਰਤੀ ਆਈ ਉਦੋਂ ਕਹਿ ਉੱਠਿਆ ਹਿੰਦੂ ਪੂਜੇ ਦੇਵਰਾ, ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੋ ਦੇਵਰਾ ਨਾ ਮਸੀਤ। ਕਹਿਣ ਲੱਗੇ ਦੇਵਰੇ ਵਿੱਚ ਜਾਂਦਾ ਰੱਬ ਨੂੰ ਮਿਲਣ ਵਾਸਤੇ ਹਿੰਦੂ, ਮਸੀਤੇ ਜਾਂਦਾ ਹੈ ਖੁਦਾ ਨੂੰ ਅੱਲਾਹ ਤਾਲਾ ਨੂੰ ਮਿਲਣ ਵਾਸਤੇ ਮੁਸਲਮਾਨ। ਕਹਿਣ ਲੱਗੇ ਨਾ ਮੈਂ ਦਿਓਲੇ ਜਾਣਨਾ, ਨਾ ਮੈਂ ਮਸੀਤੇ ਜਾਣਨਾ, ਜਾਵਾਂ ਕਿੱਥੇ, ਕਿਉਂਕਿ ਮੇਰਾ ਰੱਬ ਮੇਰੇ ਕੋਲ ਹੀ ਰਹਿੰਦਾ, ਕਿਸੇ ਮਸੀਤ ਜਾਂ ਮੰਦਰ ਵਿੱਚ ਨਹੀਂ ਰਹਿੰਦਾ। ਅੱਲੋ ਇੱਕ ਮਸੀਤ ਮਸਤ ਹੈ, ਹੈਲੋ ਇਹ
एक मसीद मस्त है अवर मुल्क किस कह रहा रब मसीद विच रहिंदा ते फिर बाकी संसार बाकी दुनिया किंदी ओंदी सार कौन लैंदा इसलिए बाबा कबीर कहन लगे केडी अजीब गल है तू भी रब दा घर वखरा बना लिया मनुख ने मसीतां बनाईयां मनुख ने चर्च बनाए मनुख ने मंदिर बनाए मनुख ने गुरुद्वारे बनाए ते आखिया ए रब दा घर है ते जेड़े काम इन्हें करने सन ते रब नूं परवान नहीं सन कहन लगा तेरे घर आके नहीं करा मैं अपने घर जो मर्जी करा तेरा मेरा घर बने तेरा मेरा घर इन्हें आखिया जे तेनूं झूठ परवान नहीं ते मैं अपने घर अपनी दुकान ते बोलना तेनू की जदों तेरे घर आवांगा उदों ना बोलना मैं क्या एक बार की थी सी यो कारण है मनुख जदों किसे को सच बुलवाना चाहे ना उदों कहदा चल गुरुद्वारे चके कह रहा क्योंकि मैं पता भी उत्थे झूठ बोलना औखा है पर हे मेरे रब तेरा घर वखरा है मेरा घर वखरा है बाबा कबीर ख्याल दे रहे हैं कहन लगे तू मसीत नूं भी नहीं पछाण सकिया तू ते पत्थरां दी इट्टां दी मसीत नूं ही पछाणना है तू बांग भी उत्थे दे रहे हैं कि तेरा अपना जीवन एक मसीत सी इत्थे बांग नहीं दे रहा इत्थे तेरे अज्ञानता दे नींद सुत्ते पए ने विचार गल्ला तू जागृति दुनिया दी करना है तेरे अंदर दे विचार सुत्ते पए ने तू इत्थे बांग ही नहीं दिंदा तू मंदिर विच टल्लियां खड़का के कुछ जगाना चाहना है तू मसीतां विच बांग दे के किसे नूं जगाना चाहना है तू गुरुद्वारियां विच रैन सवाइयां करके जगाना चाहना है पर इहो कारण है ना कोई मंदिरां विच जाग रहा है सुते ही पए ना कोई मसीतां विच जाग रहा है ना कोई गुरुद्वारियां विच जाग रहा है क्योंकि गुरबाणी अंदर तो जानी ही नहीं अंदर आवाज देवे ते जागे कहन लगे अब कबीर हे मुल्ला अब मैं तेन समझावा मसीत के लिए उस मसीत विच बांग दे उस मसीत विच बांग दे उस मसीत दे अंदर खुदावंद दी नमाज पढ़ अजे तक तू गुरुद्वारे में ही पढ़ रहा मसीत में ही पढ़ रहा गुरु को पुछ गुरु आखेगा ए बाणी जो जियो जाने ए नमाज तो अंदर ही पढ़ी जाती है अंदर तो जागे ही नहीं सुता ही पिया निवास अंदर नहीं पड़ी जा रही क्योंकि बांध भी अंदर नहीं दिखी जा रही एक घर भी नहीं फैसला किया जा रहा भी ये जीवन का घर मेरे खुदा का घर है मेरे अल्लाह का घर है इनके अंदर रब बसता है बाहर नहीं बाहर ढूंढन ते छूट पड़ी गुर कार ही मैं दिखाया था
ਕਹਿਣ ਲੱਗੇ ਬਾਬਾ ਕਬੀਰ ਆ ਮੁੱਲਾ ਮੈਂ ਤੈਨੂੰ ਦੱਸ ਦਿਆਂ ਮਸੀਤ ਕਿਹੜੀ ਜਿਹਨੂੰ ਖੁਦਾ ਦਾ ਘਰ ਆਖਣਾ ਬਾਗ ਕਿਹੜੀ ਤੇ ਨਿਮਾਜ਼ ਕਿਹੜੀ ਸੱਚ ਨਹੀਂ ਉਹਦੀ ਕੋਈ ਨਿਮਾਜ਼ ਨਹੀਂ ਜਿੰਨੀਆਂ ਮਰਜ਼ੀ ਨਿਮਾਜ਼ਾਂ ਪੜ੍ਹੀ ਜਾਏ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾ ਚੌਥੀ ਨੀਅਤ ਨਿਮਾਜ਼ਾਂ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸਲਾਹ ਕਰਨੀ ਕਲਮਾ ਆਖ ਕੇ ਕੀ ਨਿਮਾਜ਼ ਪੜ੍ਹਦੇ ਕੀ ਨਿਵਾਸ ਪੜ੍ਹ ਰਿਹਾ ਸਾਈ ਬੁੱਲੇ ਸ਼ਾਹ ਨੇ ਇੱਕ ਗੱਲ ਬੜੀ ਖੂਬਸੂਰਤ ਆਖੀ ਕਹਿਣ ਲੱਗਾ ਬੁੱਲੇ ਨੂੰ ਲੋਕ ਬੱਤੀ ਦਿੰਦੇ ਬੁੱਲਿਆ ਤੂੰ ਜਾਂ ਬਹਿ ਮਸੀਤੀ ਬੁੱਲੇ ਨੂੰ ਲੋਕ ਬੱਤੀ ਦਿੰਦੇ ਬੁੱਲਿਆ ਤੂੰ ਜਾਂ ਬਹਿ ਮਸੀਤੀ ਵਿੱਚ ਮਸੀਤਾਂ ਕੁਝ ਨਹੀਂ ਹੁੰਦਾ ਵਿੱਚ ਮਸੀਤਾਂ ਕੁਝ ਨਹੀਂ ਹੁੰਦਾ ਜੇ ਦਿਲੋਂ ਨਿਮਾਜ਼ ਨਾ ਕੀਤੀ ਬਾਹਰੋਂ ਪਾਕ ਕੀ ਹੁੰਦਾ ਜੇ ਅੰਦਰੋਂ ਗਈ ਨਾ ਪਲੀਤੀ ਬਿਨ ਮੁਰਸ਼ਦ ਕਾਮਲ ਬੁੱਲਿਆ ਤੇਰੀ ਐਵੇਂ ਗਈ ਇਬਾਦਤ ਕੀਤੀ ਬਾਬਾ ਕਬੀਰ ਕਹਿੰਦੇ ਨੇ ਮੈਂ ਤੈਨੂੰ ਨਿਮਾਜ਼ ਪੜ੍ਹਨੀ ਸਿਖਾਵਾਂ ਚੌਥੀ ਨੀਅਤ ਰਾਸ ਮੰਗ ਨੀਅਤ ਦਾ ਸਾਫ ਹੋ ਅੰਦਰ ਪਲੀਤੀ ਨਾ ਰੱਖ ਅੰਦਰੋਂ ਮੈਲਾ ਨਾ ਹੋ ਨੀਅਤ ਦਾ ਸਾਫ ਹੋ ਨੀਅਤ ਰਾਸਮਾਨ ਪੰਜਵੀਂ ਸਿਫਤ ਸਨਾ ਕਰਨੀ ਕਲਮਾ ਆਖ ਕੇ ਮੁਸਲਮਾਨ ਸੁਣਾ ਮੁੱਲਾ ਇਹ ਤੇਰਾ ਸਰੀਰ ਇਹ ਤੇਰਾ ਮਨ ਇਹ ਕਿਬਲਾ ਤੇ ਮੱਕਾ ਹੈ ਬਾਣੀ ਕਿਆ ਕਿਹਾ ਤਾਂ ਮੈਂ ਮਣੂਆ ਸਰੀਰ ਵਿੱਚ ਅਗਲਾ ਘਰ ਕੋਠੜੀ ਕੋਠੜੇ ਮੈਂ ਕੋਠੜੀ ਤਨ ਮੈਂ ਮਨੂਆ ਮਨ ਮੈਂ ਸਾਚਾ ਉਹ ਸਾਚਾ ਪ੍ਰਭੂ ਜਿਹੜਾ ਹੈ ਉਹ ਮਨ ਵਿੱਚ ਰਹਿੰਦਾ ਹੈ ਮਨ ਕਰ ਮੱਕਾ ਕਿਬਲਾ ਘਰ ਦੇਹੀ ਬੋਲਣ ਹਰ ਪਰਮ ਗੁਰ ਇਹੀ ਕਹੋ ਰੇ ਮੁੱਲਾ
ਪਹਿਲਾਂ ਇਸ ਜੀਵਨ ਦੀ ਕਾਇਆ ਦੀ ਮਸੀਤੇ ਪਹੁੰਚ ਬਾਹਰ ਨਾ ਭਟਕਦਾ ਫਿਰ। ਬੜੀਆਂ ਤੀਰਥ ਯਾਤਰਾ ਕਰਨਾ ਇਹ ਸਮਝ ਕੇ ਨਾ, ਰੱਬ ਦੇ ਘਰ ਦੇ ਕਵਾਂ। ਬੜੀਆਂ ਬੜੀਆਂ ਲੰਬੀਆਂ ਤੀਰਥ ਯਾਤਰਾ ਕਰਨਾ ਹੈ, ਅੰਦਰ ਝਾਤ ਹੀ ਨਹੀਂ ਪਾਉਂਦਾ, ਬਾਹਰ ਪਾਕ ਕੀ ਹੁੰਦਾ ਜੇ ਅੰਦਰੋਂ ਗਈ ਨਾ ਪ੍ਰੀਤੀ। ਕਹਿਣ ਲੱਗੇ ਅੰਦਰੋਂ ਪ੍ਰੀਤੀ ਜਾਂ ਬਾਹਰੋਂ ਤੀਰਥ ਯਾਤਰਾ ਹੋ ਰਹੀ ਹੈ। ਜਿਹੜਾ ਜੀਵਨ ਰੱਬ ਦਾ ਘਰ ਹੈ ਉਹਦੇ ਅੰਦਰ ਚਾਹਤ ਹੀ ਨਹੀਂ ਪਾਈ ਜਾ ਰਹੀ। ਬਿਨ ਸ਼ਬਦੇ ਅੰਤਰ ਹਨੇਰਾ, ਚਾਹਤ ਵੀ ਕਿਵੇਂ ਪਵੇ, ਅੰਦਰ ਹਨੇਰਾ ਹੀ ਹਨੇਰਾ, ਚਾਹਤ ਕਿੱਥੇ ਪਾਏਗਾ। ਬਿਨ ਸ਼ਬਦੇ ਅੰਤਰ ਹਨੇਰਾ, ਨਮਸਤ ਰਹੇ ਨਾ ਚੁੱਕ ਫੇਰਾ। ਕਹਿਣ ਲੱਗੇ ਇਹ ਮਨ ਕਰ ਮੱਖਾ ਕਿਬਲਾ ਕਰ ਦੇ, ਉਹ ਮੁੱਲਾ ਕਿੱਥੇ ਮੰਗਦੇ, ਤਾਂ ਕਿ ਤੇਰੇ ਅੰਦਰ ਅਗਿਆਨਤਾ ਦੀ ਨੀਂਦੇ ਸੁੱਤੇ ਪੈ ਵਿਚਾਰ ਜਾਗ ਪੈਣ, ਉੱਥੇ ਜਾਗਰਤੀ ਆ ਜਾਂਦੀ। ਮੰਗਦੇ ਤੇਰੀਆਂ ਰਹਿਣ ਸਬਾਈਆਂ ਨੇ ਤੇਰੇ ਵਿਚਾਰ ਨਹੀਂ ਜਗਾਏ, ਅੰਦਰ ਬਾਂਧਦੇ, ਅੰਦਰ ਕੋਈ ਟਲੀਆਂ ਖੜਕਾ। ਕਹਿਣ ਲੱਗੇ ਤਾਂ ਕਿ ਅੰਦਰ ਦੇ ਵਿਚਾਰ ਜਾਗ ਪੈਣ, ਅਜੇ ਤਾਂ ਵਿਚਾਰ ਹੀ ਸੁੱਤੇ ਪੈਣਗੇ। ਕਹੋ ਰੇ ਮੁੱਲਾ ਬਾਂਧ ਨਿਮਾਸ, ਜਦੋਂ ਜਾਗੇ ਹੋਏ ਵਿਚਾਰਾਂ ਨਾਲ ਪ੍ਰਭੂ ਬੰਦਗੀ ਕਰੇਗਾ ਨਾ, ਜਦੋਂ ਜਾਗੇ ਹੋਏ ਵਿਚਾਰਾਂ ਨਾਲ ਜਪਨ ਕਰੇਗਾ ਉਦੋਂ ਹੀ ਕੁਛ ਬਣੇਗਾ, ਸੁੱਤੇ ਪਏ ਵਿਚਾਰਾਂ ਨਾਲ ਨਹੀਂ, ਅਗਿਆਨਤਾ ਦੇ ਵਿਚਾਰਾਂ ਨਾਲ ਨਹੀਂ। ਕਹਿ ਲੱਗੇ ਕਹੋ ਰੇ ਮੁੱਲਾ ਬਾਂਗ ਨਿਮਾਜ਼, ਏਕ ਮਸੀਤ ਦਸੇ ਦਰਵਾਜ, ਤੈਨੂੰ ਉਹ ਮਸੀਤ ਮਿਲੀ ਹੈ, ਰੱਬ ਦਾ ਘਰ ਮਿਲਿਆ ਜਿਹਦੇ 10 ਦਰਵਾਜ਼ੇ ਨੇ। ਭਾਵ 10 ਇੰਦਰੀਆਂ ਵਾਲਾ ਇਹ ਸਰੀਰ, ਇਹ 10 ਦਰਵਾਜ਼ਿਆਂ ਵਾਲਾ, 10 ਇੰਦਰੀਆਂ ਵਾਲਾ ਇਹ ਸਰੀਰ ਰੱਬ ਦਾ ਘਰ ਹੈ, ਰੱਬ ਇਸ ਵਿੱਚ ਰਹਿੰਦਾ, ਬਾਹਰ ਭਾਲਿਆ ਨਹੀਂ ਮਿਲਣਾ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਬੋਲਾ, ਕਿਉਂ ਭਟਕ ਰਿਹਾ, ਆ ਜਾ ਇਸ ਘਰ ਵਿੱਚ, ਇੱਥੇ ਨਿਮਾਜ਼ ਪੜ੍ਹ, ਇੱਥੇ ਬਾਂਗ ਦੇ, ਇੱਥੇ ਵਿਚਾਰਾਂ ਨੂੰ ਜਗਾ ਲੈ, ਆਪਣੇ ਸਾਥੀ ਬਣਾ ਲੈ, ਅਤੇ ਉਹਨਾਂ ਵਿਚਾਰਾਂ, ਜਾਗੇ ਹੋਏ ਵਿਚਾਰਾਂ, ਜਾਗਰਤੀ ਭਰੇ ਵਿਚਾਰਾਂ ਦੇ ਸਾਥ ਵਿੱਚ ਨਿਮਾਜ਼ ਪੜ੍ਹ। ਫਿਰ ਕਹਿਣ ਲੱਗੇ ਕੁਛ ਰੱਬ ਨੂੰ ਰਿਝਾਉਣ ਲਈ ਉਹਨਾਂ ਦੇ ਖਿਆਲ ਮੁਤਾਬਕ ਜੋ ਚੀਜ਼ਾਂ ਸਾਨੂੰ ਦੀ ਐਗਜ਼ਾਮਪਲ ਦੇ ਰਹੇ, ਕੋਈ ਚੀਜ਼ ਭੇਟ ਕਰ ਰਹੇ ਹੈ ਉੱਥੇ, ਪਸ਼ੂਆਂ ਦੀ ਬਲੀ ਦਿੱਤੀ ਜਾਣ ਦੀ, ਜਾਨਵਰਾਂ ਦੀ ਬਲੀ ਦਿੱਤੀ ਜਾਣ ਦੀ ਪਰੰਪਰਾ ਨੂੰ ਠੇ ਸਿੱਧਾ ਅਟੈਕ ਕਰਦੇ ਨੇ, ਸਮਝਾਉਂਦੇ ਨੇ, ਕਹਿੰਦੇ ਨੇ ਰੱਬ ਨੂੰ ਤੂੰ ਇਹ ਜਿਹੀਆਂ ਚੀਜ਼ਾਂ ਦੀ ਬਲੀ ਦੇ ਕੇ ਬਿਸਮਲ ਕਰਕੇ ਨਹੀਂ ਰਜਾ ਸਕੇਗਾ। ਜੇ ਰੱਬ ਦੇ ਦਰ ਤੇ ਕੁਛ ਬਲੀ ਦੇਣੀ, ਕੁਝ ਭੇਟ ਕਰਨੀ, ਤਾਂ ਆ ਬਿਸਮਲ, ਕਿਹੜੀ ਚੀਜ਼ ਬਿਸਮਲ ਦਾ ਮਤਲਬ ਕਤਲ ਕਰਨਾ, ਖਤਮ ਕਰਨਾ। ਕਹਿਣ ਲੱਗੇ ਕਿਹੜੀ ਚੀਜ਼, ਤਾਮਸ ਭਰਮ ਕਦੂਰੀ, ਕ੍ਰੋਧ ਭਰਮ ਤੇ ਅੰਦਰ ਦੀ ਕਦੂਰਤ, ਜਿਹੜਾ ਅੰਦਰ ਦੀ ਬੁਰਾਈ ਹੈ ਜਿਹਨੂੰ ਤੂੰ ਛੁਪਾ ਛੁਪਾ ਰੱਖਣਾ ਹੈ, ਤਾਮਸ ਭਰਮ
ਕਦੂਰੀ ਇਹਨੂੰ ਬਿਸਮਲ ਕਰ, ਇਹਨੂੰ ਖਤਮ ਕਰ, ਇਹਨੂੰ ਬਲੀ ਦੇ। ਬਿਸਮਲ ਤਾਮਸ ਪਰਮ ਕਦੂਰੀ ਰੱਖ ਲੈ ਪੰਛੇ ਕੰਮ ਕਰ ਲੋ ਮੋਹ ਹੰਕਾਰ ਨੂੰ ਖਾ ਜਾ ਖਤਮ ਕਰ ਦੇ ਤਾਂ ਕਿ ਤੇਰੇ ਅੰਦਰ ਕੋਈ ਸਬੂਰੀ ਪੈਦਾ ਹੋਵੇ। ਜਦੋਂ ਸਬੂਰੀ ਪੈਦਾ ਹੋਏਗੀ ਨਾ ਫਿਰ ਤੈਨੂੰ ਪਤਾ ਲੱਗ ਜਾਏਗਾ ਹਿੰਦੂ ਤੁਰਕ ਕਾ ਸਾਹਿਬ ਕਬੀਰ ਕਹਿੰਦੇ ਨੇ ਜਦੋਂ ਮੈਂ ਇਹ ਗੱਲਾਂ ਸਮਝਾਉਣਾ ਚਾਹੁੰਦਾ ਸਾਂ ਤੇ ਕਹਿਣਾ ਚਾਹੁੰਦਾ ਸਾਂ ਮੁੱਲਾਂ ਨੂੰ ਤੇ ਲੋਕਾਂ ਨੂੰ ਕਿ ਆਪਣੇ ਅੰਦਰ ਝਾਤ ਮਾਰੋ ਮਾਰੋ ਗੁਰਦੁਆਰਿਆਂ ਠਾਕਰ ਦੁਆਰਿਆਂ ਚਰਚਾਂ ਤੇ ਕੇਵਲ ਮਸੀਤਾਂ ਵਿੱਚ ਜਾ ਕੇ ਇਹਨਾਂ ਨਮਾਜ਼ਾਂ ਪੜ੍ਹਦੇ ਰਹੋ। ਪਰ ਲੋਕ ਆਖਦੇ ਸਨ ਕਿ ਬੜਾ ਪਾਗਲ ਹੋ ਗਿਆ ਦੀਵਾਨਾ ਹੋ ਗਿਆ, ਜੋ ਕੰਮ ਲੋਕ ਕਰਦੇ ਹੋਣ ਉਹੀ ਕਿਉਂ ਨਹੀਂ ਕਰਦਾ, ਇਹ ਕੋਈ ਵੱਖਰਾ ਕਿਉਂ ਕਰਦਾ। ਸਾਰੀ ਦੁਨੀਆਂ ਦੇ ਗੁਰਦੁਆਰਿਆਂ ਵਿੱਚ ਇਹ ਭਗਵਤੀ ਪੜ੍ਹੀ ਜਾਂਦੀ ਹੈ ਤੇ ਇਹ ਕਿਉਂ ਨਹੀਂ ਪੜ੍ਹਦਾ। ਕਬੀਰ ਨੇ ਆਖਿਆ ਕਹਿਣ ਲੱਗੇ ਮੈਂ ਸਹਿਜੇ ਸਹਿਜੇ ਸਭ ਕੁਛ ਬਦਲ ਰਿਹਾ, ਲੋਕ ਮੈਨੂੰ ਦੀਵਾਨਾ ਆਖਦੇ।